ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਜੀ। ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਅੱਜ ਮੈਂ ਤਿਆਰ ਹੋਈ ਹਾਂ ਜੀ। ਅਸੀਂ ਜਾ ਰਹੇ ਹਾਂ ਅੱਜ ਅਨੰਦਪੁਰ ਸਾਹਿਬ। ਡਾਕਟਰ ਸਾਹਿਬ ਤਾਂ ਕਈ ਦਿਨ ਦੇ ਕਹਿ ਰਹੇ ਸੀਗੇ, ਅਤੇ ਅੱਜ ਸੋਚਿਆ ਚਲੋ ਜਾ ਹੀ ਆਉਂਦੇ ਹਾਂ, ਕਿਉਂਕਿ ਪਹਿਲਾਂ ਹੋਲਾ ਮਹੱਲਾ ਲੰਘ ਕੇ ਗਿਆ। ਹੋਲੇ ਮਹੱਲੇ ਦੇ ਵਿੱਚ ਹੁੰਦਾ ਹੈ ਬਹੁਤ ਜ਼ਿਆਦਾ ਇਕੱਠ, ਅਤੇ ਡਾਕਟਰ ਸਾਹਿਬ ਨਹੀਂ ਜਾ ਕੇ ਰਾਜ਼ੀ ਹੁੰਦੇ ਇਕੱਠ ਦੇ ਵਿੱਚ। ਕਹਿੰਦੇ ਜਦੋਂ ਮਤਲਬ ਹੋਲੇ ਮਹੱਲੇ ਤੋਂ ਬਾਅਦ ਵੀ ਆਪਾਂ ਚੱਲਾਂਗੇ। ਅਤੇ ਚਲੋ ਜੀ, ਮੈਂ ਤਾਂ ਵੈਸੇ ਤਿਆਰ ਹੋ ਗਈ ਹਾਂ, ਡਾਕਟਰ ਸਾਹਿਬ ਹਲੇ ਤੱਕ ਕਲੀਨਿਕ ਤੋਂ ਨਹੀਂ ਆਏ ਹੈਗੇ, ਫਿਰ ਆਉਣਗੇ ਤਾਂ ਆਪਾਂ ਚੱਲਦੇ ਹਾਂ ਜੀ, ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਕੇਸ਼ਗੜ੍ਹ ਸਾਹਿਬ ਅਨੰਦਪੁਰ। ਦੇਖੋ ਮੈਂ ਪਤਾ ਨਹੀਂ ਬਹੁਤ ਸਾਲਾਂ ਬਾਅਦ ਪਾਈ ਹੈ, ਨਿਸ਼ੂ ਦੀਆਂ ਪਈਆਂ ਸੀ ਅਤੇ ਮੈਂ ਚੱਕ ਕੇ ਪਾ ਲਈਆਂ, ਮੇਰਾ ਦਿਲ ਕਰਿਆ ਅੱਜ ਪਾਉਣ ਨੂੰ। ਹਾਂਜੀ, ਅੱਜ ਨਾ ਅੱਜ ਦਾ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈੱਲ ਆਈਕੋਨ ਨੂੰ ਵੀ ਪ੍ਰੈੱਸ ਕਰ ਦਿਓ, ਤਾਂ ਕਿ ਮੇਰੀ ਜਿਹੜਾ ਵੀ ਵਲੌਗ ਆਉਂਦਾ ਹੈ ਅਤੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ। ਮੈਂ ਤਾਂ ਚਲੋ ਜੀ ਚੱਲੀਏ ਜੀ ਆਪਾਂ। ਹੈਲੋ ਤਾਂ ਕਰ ਦਿਓ, ਹੈਲੋ, ਸਤਿ ਸ਼੍ਰੀ ਅਕਾਲ ਬੋਲੋ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਗੁਰਦੁਆਰਾ ਸਾਹਿਬ ਚੱਲੇ ਹੋ, ਸਤਿ ਸ਼੍ਰੀ ਅਕਾਲ ਬੋਲੋ, ਜੈ ਬਾਬੇ ਦੀ, ਜੈ ਬਾਬੇ। ਬਹੁਤ ਦਿਨਾਂ ਦਾ ਦਿਲ ਵਿੱਚ ਸੀਗਾ। ਕਿੰਨੇ ਦਿਨਾਂ ਦੇ ਕਹਿ ਰਹੇ ਸੀ ਵੀ ਅਨੰਦਪੁਰ ਸਾਹਿਬ? ਕਹਿੰਦੇ ਮੈਂ ਜਦੋਂ ਮੇਰਾ ਦਿਲ ਕੀਤਾ, ਕਹਿੰਦੇ ਮੈਂ ਇਕੱਲੇ ਨਹੀਂ ਭੱਜ ਜਾਣਾ, ਕਹਿੰਦੇ ਤੂੰ ਆਪਣੇ ਜੁਗਨੂ ਨੂੰ ਕਹਿੰਦੇ ਲੈ ਕੇ ਬੈਠਾ ਰਹੀ। ਜੁਗਨੂ ਕਰਕੇ ਨਹੀਂ ਸੀ, ਮੈਂ ਪਹਿਲਾਂ ਵੀ ਜਵਾਬ ਦਿੱਤਾ ਸੀਗਾ, ਹੁਣ ਤਾਂ ਮੈਂ ਉੱਠੀ ਤਿਆਰ ਸੀਗੀ, ਕਹਿੰਦੀ ਕੋਈ ਗੱਲ ਨਹੀਂ, ਕਹਿੰਦੀ ਮੈਂ ਚੱਲੂੰਗੀ ਨਾਲ। ਮੈਂ ਅੱਜ ਪਿੰਡ ਨੂੰ ਜਾਣ ਨੂੰ ਪਹਿਲਾਂ ਸੋਚਦੀ ਸੀ, ਫਿਰ ਮੈਂ ਕਿਹਾ ਚੱਲ ਸਾਡੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਆਪਣੀ ਯਾਤਰਾ ਸਟਾਰਟ ਹੋ ਗਈ ਹੈ। ਅੱਜ ਗਰਮੀ ਵੀ ਕਾਫੀ ਹੈਗੀ ਹੈ, ਕਿਧਰੇ ਪਾਸੇ ਬੱਦਲ ਨਹੀਂ ਹੈਗਾ। ਅਤੇ ਦੇਖੋ ਅਸੀਂ ਨੇੜੇ ਲੱਗ ਗਏ ਹਾਂ ਜੀ ਅਨੰਦਪੁਰ ਸਾਹਿਬ ਦੇ। ਉਹ ਸਾਹਮਣੇ ਪਹਾੜੀ 'ਤੇ ਨੈਣਾ ਦੇਵੀ ਦਾ ਮੰਦਿਰ ਨਜ਼ਰ ਆ ਰਿਹਾ ਹੈ, ਕਿਸੇ ਦਿਨ ਉੱਥੇ ਨੂੰ ਵੀ ਆਪਾਂ ਕੱਢਾਂਗੇ ਜੀ ਟਾਈਮ। ਲਓ ਜੀ, ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ, ਅਨੰਦਪੁਰ ਸਾਹਿਬ ਪਹੁੰਚ ਗਏ। ਪਹਿਲਾਂ ਆਪਾਂ ਜੀ ਵਿਰਾਸਤ ਏ ਖਾਲਸਾ ਜਾਵਾਂਗੇ, ਕਿਉਂਕਿ ਪਿਛਲੀ ਵਾਰ ਵੀ ਸਾਡਾ ਨਾ ਇਹ ਛੁੱਟ ਗਿਆ ਸੀਗਾ, ਟਾਈਮ ਦੀ ਸ਼ੋਰਟੇਜ ਕਰਕੇ ਅਸੀਂ ਗਏ ਨਹੀਂ ਸੀ। ਆ ਦੇਖੋ ਜੀ ਵਿਰਾਸਤ ਏ ਖਾਲਸਾ, ਅਸੀਂ ਆਪਾਂ ਹੁਣ ਗੇਟ ਦੇ ਅੰਦਰ ਐਂਟਰ ਕਰਨ ਲੱਗੇ ਹਾਂ ਵਿਰਾਸਤ ਏ ਖਾਲਸਾ। ਚੱਲ ਕੇ ਦੇਖਦੇ ਹਾਂ ਜੀ, ਕਿਉਂਕਿ ਅਸੀਂ ਵੀ ਫਸਟ ਟਾਈਮ ਜਾ ਰਹੇ ਹਾਂ ਅਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉੱਥੇ ਹੈ ਕੀ ਹੈ, ਕਿਉਂਕਿ ਆਪਾਂ ਨੇ ਅੱਜ ਤੱਕ ਮੈਂ ਕੋਈ ਵੀਡੀਓ ਵਗੈਰਾ ਵੀ ਨਹੀਂ ਦੇਖੀ ਹੈਗੀ। ਪਹੁੰਚ ਗਈ ਜੀ ਅਸੀਂ, ਅਤੇ ਡਾਕਟਰ ਸਾਹਿਬ ਗਏ ਹੋਏ ਨੇ ਜੀ ਟਿਕਟ ਲੈਣ ਵਾਸਤੇ। ਪਹੁੰਚ ਗਏ ਹਾਂ ਜੀ ਅਸੀਂ, ਧੁੱਪ ਬਹੁਤ ਜ਼ਿਆਦਾ ਹੈ। ਇੱਥੋਂ ਸਟਾਰਟ ਹੋ ਜਾਂਦਾ ਜੀ ਆਪਣੇ ਅੰਦਰ, ਆਪਾਂ ਐਂਟਰੀ ਕਰਕੇ ਹਾਂ ਅਤੇ ਦੇਖੋ ਬਹੁਤ ਹੀ ਪੀਸਫੁੱਲ ਮੈਨੂੰ ਲੱਗੀ ਹੋਈ ਸੀ, ਬਹੁਤ ਜ਼ਿਆਦਾ ਪਿਆਸ ਜੀ। ਅਸੀਂ ਪਹਿਲਾਂ ਆ ਕੇ ਠੰਡੀ ਠੰਡੀ ਲੱਸੀ ਲਈ ਹੈ, ਲੱਸੀ ਦਾ ਪਹਿਲਾਂ ਮੇਰੇ ਦੋ Thank you.
ਆ ਦੇਖੋ ਜੀ, ਸਾਹਮਣੇ ਇਹ ਹੈਗੀ ਹੈ ਵਿਰਾਸਤੇ ਖਾਲਸਾ ਦੀ ਬਿਲਡਿੰਗ ਜਿਹੜੀ। ਦੇਖਦੇ ਹਾਂ ਜੀ ਚੱਲ ਕੇ ਅੰਦਰ ਕੀ ਕੁਛ ਹੈਗਾ ਏ। ਜੇ ਵੀਡੀਓ ਬਣਾਉਣ ਦਿੱਤੀ ਤਾਂ ਨਹੀਂ, ਫਿਰ ਵੀ ਕੁਛ ਤਾਂ ਬਣਾਵਾਂਗੇ ਥੋੜ੍ਹੀ ਬਹੁਤੀ। ਇਹ ਪੀਲੇ ਸੂਟ ਵਾਲੀ ਮਿਲੀ ਹੈ ਜੀ ਮੇਰੀ ਭਤੀਜ ਨੂੰ। ਸਾਨੂੰ ਇੱਥੇ ਆਪਣੇ ਟੀਚਰਾਂ ਦੇ ਨਾਲ, ਇਹ ਇੱਥੇ ਸਟਾਫ ਆਇਆ ਹੋਇਆ ਸੀ ਇਹਨਾਂ ਦਾ, ਉਹਨਾਂ ਨੂੰ ਲੈ ਕੇ ਆਏ ਹੋਏ ਸੀ। ਲਓ ਜੀ ਹੁਣ ਅਸੀਂ ਇੱਥੇ ਅੰਦਰ ਐਂਟਰ ਕਰ ਗਏ ਹਾਂ। ਮੈਂ ਜੀ ਇੱਥੇ ਵੋਇਸ ਜਿਹੜੀ ਹੈਗੀ ਹੈ ਮਿਊਟ ਕਰ ਦਿੱਤੀ ਹੈ ਕਿਉਂਕਿ ਮਿਊਜ਼ਿਕ ਚੱਲ ਰਹੇ ਸੀ। ਇੱਥੇ ਜੀ ਆਪਣੇ ਪੰਜਾਬ ਦਾ ਕਲਚਰ ਦਿਖਾਇਆ ਹੋਇਆ ਹੈ। ਇਹ ਫੁਲਕਾਰੀਆਂ ਪਈਆਂ ਹੈ ਇੱਥੇ ਵਾਲ ਦੇ ਉੱਪਰ ਲਗਾਈਆਂ ਹੋਈਆਂ ਨੇ। ਅਤੇ ਹੁਣ ਅਸੀਂ ਦੂਸਰੀ ਸਾਈਡ ਐਂਟਰ ਕਰ ਗਏ ਹਾਂ। ਅਰੇ ਵਾਹ, ਪੂਰਾ ਨਾਈਟ ਦਾ ਨਜ਼ਾਰਾ ਦੇਖੋ, ਤਾਰਾ ਮੰਡਲ ਇੱਧਰ, ਇਹ ਕਿਉਂ ਘਰ, ਵਾਹ ਕਿੰਨਾ ਸੋਹਣਾ ਲੱਗ ਰਿਹਾ ਹੈ। ਵਾਹਿਗੁਰੂ ਜੀ ਵਾਹਿਗੁਰੂ। ਇਹ ਜੀ ਪੂਰਾ ਝੂਮਰ ਹੈ, ਝੂਮਰ ਬਹੁਤ ਵੱਡਾ। ਇੱਧਰ ਹੈਗਾ ਜੀ ਗੁਰੂ ਨਾਨਕ ਦੇਵ ਜੀ ਦਾ ਦਿਖਾਇਆ ਹੋਇਆ ਹੈ। ਇੱਥੇ ਅਸੀਂ ਉੱਪਰ ਆ ਗਏ ਸੀ ਅਤੇ ਉੱਪਰ ਆ ਬੜਾ ਸੋਹਣਾ ਬਣਿਆ ਹੋਇਆ ਹੈ। ਦੇਖੋ ਇੱਥੋਂ ਫੇਰ ਸਟਾਰਟ ਹੋ ਗਿਆ ਹੈ। ਹਾਂ
ਇੰਨਾ ਸੋਹਣਾ ਬਣਿਆ ਹੋਇਆ ਨਾ ਜੀ ਕਿ ਤੁਹਾਨੂੰ ਅਸੀਂ ਸ਼ਬਦਾਂ ਦੇ ਨਾਲ ਬਿਆਨ ਨਹੀਂ ਕਰ ਸਕਦੇ, ਨਾ ਹੀ ਇਹਨੂੰ ਦੱਸ ਸਕਦੇ ਹਾਂ ਵੀ ਇਹ ਕਿਵੇਂ ਬਣਾਇਆ ਹੋਇਆ ਹੈ ਅਤੇ ਕਿੰਨਾ ਸੋਹਣੀ ਇਹਦੀ ਮਤਲਬ ਕਿੰਨੀ ਸੋਹਣੀ ਕਲਾਕਾਰੀ ਹੈਗੀ ਹੈ। ਇੱਧਰ ਗੇਟ ਬਣਿਆ ਹੋਇਆ ਜੀ, ਇਹ ਛੋਟੀਆਂ ਇੱਟਾਂ ਦਾ ਜਿਵੇਂ ਪੁਰਾਣੀਆਂ ਇੱਟਾਂ ਹੁੰਦੀਆਂ ਸੀਗੀਆਂ ਉਹਨਾਂ ਦਾ ਹਾਂ ਇੱਥੇ ਗੇਟ ਬਣਾ ਕੇ ਫਿਰ ਇੱਥੋਂ ਐਂਟਰੀ ਹੋ ਗਈ ਹੈ ਨੈਕਸਟ ਪਾਰਟ ਦੀ। ਇੱਥੇ ਸਕਰੀਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀ ਹਿਸਟਰੀ ਦਿਖਾ ਰਹੇ ਸੀ। ਇੱਥੇ ਦਿਖਾਇਆ ਹੋਇਆ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਨੀਹਾਂ ਦੇ ਵਿੱਚ ਚਿਣਿਆ ਹੋਇਆ ਹੈ। ਦੇਖੋ ਜੀ ਇੰਨਾ ਸੋਹਣਾ ਹੈਗਾ ਨਾ ਬਣਿਆ ਹੋਇਆ, ਬਹੁਤ ਜ਼ਿਆਦਾ ਸੋਹਣਾ। ਅਤੇ ਇੱਧਰ ਆਪਣੇ ਸਾਰੇ ਗੁਰਦੁਆਰਾ ਸਾਹਿਬ ਦਿਖਾਏ ਹੋਏ ਨੇ। ਅਤੇ ਆਹ ਦੇਖੋ ਜੀ ਜਿੰਨੀ ਇਹ ਸਾਹਮਣੇ ਨਜ਼ਰ ਆ ਰਹੇ ਸੀ ਬਣੇ ਇਹ ਸਟਾਰ ਜਿਹੇ, ਇਹਨਾਂ ਦੇ ਵਿੱਚ ਇੱਦਾਂ ਕਰਕੇ ਸਾਰੀ ਆਪਣੀ ਗੁਰਬਾਣੀ ਦੇ ਜਿਹੜੇ ਸਲੋਕ ਨੇ ਇਹਦੇ ਉੱਪਰ ਹਿੰਦੀ ਪੰਜਾਬੀ ਅਤੇ ਇੰਗਲਿਸ਼ ਵਿੱਚ ਦਿਖਾਏ ਹੋਏ ਨੇ। ਦੇਖੋ ਕੋਈ ਸ਼ਬਦ ਨਹੀਂ ਹੈਗੇ ਜੀ ਇਹਦੇ ਵਾਸਤੇ, ਮੈਂ ਕਿੱਦਾਂ ਬਿਆਨ ਕਰਾਂ ਵੀ ਇੰਨਾ ਵਧੀਆ ਲੱਗ ਰਿਹਾ ਹੈ ਨਾ। ਆ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਸਜਿਆ ਹੋਇਆ। ਆ ਦੇਖੋ ਜੀ ਇਹ ਵੀ ਸਮਝ ਤੋਂ ਪਰੇ ਹੀ ਹੈ, ਬਸ ਆਪਣੀ ਸੋਚ ਤੋਂ ਪਰੇ ਹੈ ਸਭ ਕੁਛ।
ਇੱਥੋਂ ਸਟਾਰਟ ਹੋ ਜਾਂਦੇ ਜੀ ਆਪਣੇ ਇੰਡੀਆ ਦੀ ਫਰੀਡਮ ਦੀ ਜਿਹੜੀ ਫਾਈਟ ਹੈਗੀ ਹੈ। ਇਹ ਸ਼ੀਸ਼ੇ ਦੇ ਉੱਪਰ ਆਪਣੇ ਪੁਰਾਣੇ ਪੰਜਾਬ ਦਾ ਨਕਸ਼ਾ ਹੈਗਾ ਹੈ। ਇੱਥੇ ਸਟਾਰਟ ਹੋ ਜਾਂਦੀ ਹੈ 1947 ਵੇਲੇ ਜਦੋਂ ਆਪਣਾ ਪੰਜਾਬ ਵੰਡਿਆ ਗਿਆ ਸੀ, ਉਸ ਟਾਈਮ ਦੀਆਂ ਤਸਵੀਰਾਂ ਦਰਸਾਉਂਦੀਆਂ ਨੇ ਕਿਵੇਂ ਕਤਲੇਆਮ ਹੋਇਆ, ਕਿਵੇਂ ਲੋਕਾਂ ਨੇ ਆਪਣੇ ਘਰ ਬਾਰ ਛੱਡੇ, ਸਭ ਇੱਥੇ ਦਿਖਾਏ ਹੋਏ ਨੇ ਕਿਵੇਂ ਜਾ ਰਹੇ ਨੇ। ਥੋੜ੍ਹਾ ਸਿੱਧੀ ਫੇਰ ਬਿਲਕੁਲ ਨੀਚੇ ਆ ਗਏ ਹੈ ਐਂਡ ਵਾਲੇ ਪੁਆਇੰਟ 'ਤੇ। ਰਾਸਤੇ ਖਾਲਸਾ ਬਣਾਉਣ ਦਾ ਮਕਸਦ ਕੀ ਹੈ ਦੱਸਿਆ ਹੈ ਇਹਦੇ ਉੱਪਰ। ਓਕੇ ਜੀ, ਥੈਂਕ ਯੂ ਜੀ ਸਾਰਿਆਂ ਦਾ। ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ। ਪਰਮਾਤਮਾ ਸਭ ਦਾ ਭਲਾ ਕਰੇ।